ਦੇਖੋ ਜੀ, ਇਹ ਜਿਹੜਾ ਮਾਨਯੋਗ DGP ਪੰਜਾਬ ਸ਼੍ਰੀ ਗੌਰਵ ਯਾਦव ਸਰ ਤੇ ADGP ਟ੍ਰੈਫਿਕ ਸ਼੍ਰੀ ਐਸ ਰਾਏ ਸਰ ਦਾ ਜਿਹੜਾ ਇਨੀਸ਼ੀਏਟਿਵ ਹੈਗਾ ਉਹਦੇ ਤਹਿਤ ਜਿਹੜਾ ਹੈਗਾ ਅਸੀਂ ਆਲ ਓਵਰ ਪੰਜਾਬ ਜਿਹੜੇ ਹੈਗੇ ਈ ਚਲਾਨ ਮਸ਼ੀਨਸ ਦਿੱਤੀਆਂ ਗਈਆਂ ਨੇ ਟ੍ਰੈਫਿਕ ਪੁਲਿਸ ਨੂੰ, ਜਿਹਦੇ ਨਾਲ ਜਿਹੜੇ ਕਿ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਚਲਾਨ ਪਹਿਲਾਂ ਹੁੰਦੇ ਸੀ ਉਹ ਮੈਨੂਅਲੀ ਹੁੰਦੇ ਸੀਗੇ, ਹੁਣ ਉਹ ਮੈਨੂਅਲੀ ਦੀ ਜਗ੍ਹਾ ਸਾਡੇ ਕੋਲ ਜਿਹੜੀ ਈ ਚਲਾਨ ਮਸ਼ੀਨਸ ਨੇ ਉਹਦੇ ਥਰੂ ਜਿਹੜਾ ਹੈਗਾ ਚਲਾਨ ਜਿਹੜਾ ਟ੍ਰੈਫਿਕ ਮੁਲਾਜ਼ਮ ਨੇ ਉਹ ਕਰਿਆ ਕਰਨਗੇ। ਇਹਦੇ ਲਈ ਸਪੈਸ਼ਲ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ, ਸਪੈਸ਼ਲ ਜਿਹੜੀ ਸਾਡੀ ਆਲ ਓਵਰ ਪੰਜਾਬ ਵੈਬਐਕਸ ਦੇ ਥਰੂ ਜਿਹੜੀ ਹੈ ਕਿ ਟ੍ਰੇਨਿੰਗ ਮੁਲਾਜ਼ਮਾਂ ਦੀ ਹੋਈ ਹੈ ਤੇ ਅਸੀਂ ਲੁਧਿਆਣੇ ਵੀ ਤਕਰੀਬਨ ਸਾਡੇ ਕੋਲ 30 ਮਸ਼ੀਨਸ ਆਈਆਂ ਨੇ ਤੇ ਤਕਰੀਬਨ ਅਸੀਂ 60-70 ਮੁਲਾਜ਼ਮਾਂ ਦੀ ਟ੍ਰੇਨਿੰਗ ਇੱਥੇ ਜਿਹੜੀ ਹੈ ਕਰਵਾਈ ਹੈ। ਇਹਦੇ ਨਾਲ ਇਹ ਹੋਏਗਾ ਕਿ ਜਿਹੜੇ ਮੁਲਾਜ਼ਮਾਂ ਨੂੰ ਅਸੀਂ ਜਿਹੜੀ ਮਸ਼ੀਨਸ ਹੈਗੀਆਂ ਇਹ ਡਿਸਟ੍ਰੀਬਿਊਟ ਕਰ ਚੁੱਕੇ ਹਾਂ ਅਸੀਂ ਤੇ ਇਹਨਾਂ ਨੇ ਤੇ ਕੰਮ ਕਰਨਾ ਵੀ ਸਟਾਰਟ ਕਰਤਾ ਹੈ, ਕੱਲ ਤੋਂ ਅਸੀਂ ਜਿਹੜੇ ਚਲਾਨ ਕੱਟਣੇ ਈ ਚਲਾਨ ਮਸ਼ੀਨ ਦੇ ਉੱਪਰ ਸਟਾਰਟ ਕਰ ਦਿੱਤੇ ਨੇ। ਤੇ ਇਹਦੇ ਵਿੱਚ ਇਹ ਜੋ ਫੈਸਿਲਿਟੀ ਹੈ ਉਹ ਹੈ ਕਿ ਮੇਰਾ ਰੰਗਲਾ पंजाब रंगला है पंजाब दा विरसा एक वार ते आके वेखो जरा। ਤੁਸੀਂ ਦੇਖਿਆ ਹੋਣਾ ਕਿ ਮੁਲਾਜ਼ਮ ਹੱਥ ਨਾਲ ਜਿਹੜਾ ਹੈਗਾ ਚਲਾਨ ਭਰਦਾ ਸੀਗਾ ਉਹ ਹੁਣ ਸਾਰਾ ਟੋਟਲੀ ਜਿਹੜਾ ਹੈਗਾ ਮਸ਼ੀਨ ਦੇ ਥਰੂ ਭਰਿਆ ਜਾਏਗਾ ਤੇ ਉਹਦਾ ਨਾਮ ਵਗੈਰਾ ਸਭ ਕੁਝ ਜੋ ਆਫੈਂਸ ਲੱਗਣਾ ਉਹ ਸਾਰਾ ਮਸ਼ੀਨ ਦੇ ਥਰੂ ਹੋਏਗਾ। ਤੇ ਜਿਹੜਾ ਵਾਇਲੇਟਰ ਹੈ ਉਹਦੇ ਕੋਲ ਆਪਸ਼ਨ ਹੋਏਗੀ ਕਿ ਅਗਰ ਉਹਨੇ ਕੈਸ਼ ਦੇਣਾ ਕੈਸ਼ ਦੇ ਸਕਦਾ। ਇਸ ਤੋਂ ਇਲਾਵਾ ਆਪਾਂ ਨੂੰ ਕਈ ਵਾਰ ਹੁੰਦਾ ਕਿ ਵਾਇਲੇਟਰ ਕੋਲ ਕੈਸ਼ ਨਹੀਂ ਹੈਗਾ, ਉਹ ਕਹਿੰਦਾ ਕਿ ਮੇਰਾ ਕ੍ਰੈਡਿਟ ਕਾਰਡ ਹੈ, ਡੈਬਿਟ ਕਾਰਡ ਹੈ ਜਾਂ ਮੇਰੇ ਕੋਲ UPI ਕੋਡ ਹੈਗਾ, तो वो फैसिलिटी भी जोड़ा हैगा ये मशीन के अवेलेबल है। तुसी अपना क्रेडिट कार्ड डेबिट कार्ड स्वैप कर सकते हो ते नाल जिहड़ा UPI के थ्रू भी जोड़ा हैगा तुसी अपनी पेमेंट जी है तो कर सकते हो, तो मौके पर ही जोड़ा चलान का भुगतान किया जा सकता है। तो इस नाल टाइम की बचत होगी, नहीं तो कई बार हुंदा सी वायलेटर नूं जाके कोर्ट जाके उसदा भुगतान करना पैंदा सीगा, कई बार RTO ऑफिस करना पैंदा सीगा। हुण जिहड़ा वायलेटर है ਉਹਦੀ ਆਪਣੀ ਮਰਜ਼ੀ ਹੈ, ਅਗਰ ਉਹ ਇੱਥੇ ਕਰਨਾ ਚਾਹੁੰਦਾ ਸਾਡੇ ਕੋਲ ਇਮੀਡੀਏਟਲੀ ਤਾਂ ਇੱਥੇ ਉਹਦਾ ਜਿਹੜਾ ਚਲਾਨ ਦਾ ਭੁਗਤਾਨ ਕੀਤਾ ਜਾ ਸਕਦਾ। ਅਦਰਵਾਈਜ਼ ਅਗਰ ਉਹ ਚਾਹੁੰਦਾ ਕਿ ਮੈਂ ਕੋਰਟ 'ਚ ਜਾ ਕੇ ਜਾਂ RTO ਆਫਿਸ ਜਾ ਕੇ ਕਰਨਾ ਤਾਂ ਉਹ ਆਪਸ਼ਨ ਵੀ ਅਵੇਲੇਬਲ ਹੈ। ਅਗਰ ਉਹ ਆਪਸ਼ਨ ਹੈਗਾ ਤਾਂ ਫਿਰ ਸਾਨੂੰ ਅਸੀਂ ਉਹਦੀ ID ਆਪਣੇ ਕੋਲ ਰੱਖਾਂਗੇ ਤੇ ਉਹ ਫਿਰ ਕੋਰਟ 'ਚ ਜਾ ਕੇ ਆਪਣਾ ਜਿਹੜਾ ਚਲਾਨ ਹੈ ਅਸੀਂ ਕਾਪੀ ਉਹਨੂੰ ਦੇਵਾਂਗੇ, ਵਾਇਲੇਟਰ ਨੂੰ ਇੱਕ ਆਪਣੇ ਕੋਲ ਰੱਖਾਂਗੇ ਤੇ ਉਹ ਜਿਹੜਾ ਚਲਾਨ ਉੱਥੇ ਜਾ ਕੇ ਭੁਗਤ ਸਕਦਾ। ਬਿਲਕੁਲ ਇਹਦੇ ਨਾਲ ਜੋ ਲੱਗਦਾ ਸਾਨੂੰ ਕਿ ਫਰਕ ਪਏਗਾ, ਬਿਕੋਜ਼ ਜਦੋਂ ਤੁਸੀਂ ਇਲੈਕਟ੍ਰੋਨਿਕ ਚਲਾਨ ਕੱਢਦੇ ਹੋ ਸਿੱਧਾ ਜਿਹੜਾ ਇਹਦਾ ਡਾਟਾ ਹੈ ਉਹ ਵੀ ਸਰਵਰ 'ਤੇ ਫੀਡ ਹੋਏਗਾ, ਤਾਂ ਉਸ ਤੋਂ ਬਾਅਦ ਜਿਹੜਾ ਕੋਈ ਕੱਟ ਵੱਢ ਹੁੰਦੀ ਆਪਾਂ ਤੁਸੀਂ ਜਿਵੇਂ ਕਹਿੰਦੇ ਹੋ ਕਿ ਸ਼ਿਕਾਇਤ ਕਈ ਵਾਰ ਆਉਂਦੀ ਹੈ, ਸਾਡੇ ਨੋਟਿਸ 'ਚ ਵੀ ਆਈ ਹੈ, ਉਹ ਚੀਜ਼ ਨੂੰ ਜਿਹੜਾ ਹੈਗਾ ਕਿ ਇਹਦੇ ਦੂਰ ਕਰਨ ਦੇ ਵਿੱਚ ਸਾਨੂੰ ਜਿਹੜੀ ਵਧੀਆ ਸੁਪਰਵਿਜ਼ਨ ਹੋ ਜਾਏਗੀ ਅਤੇ ਚਲਾਨ ਨੂੰ ਕੈਂਸਲ ਨਹੀਂ ਕੀਤਾ ਜਾਏਗਾ। ਸਰ ਇੰਪਲੀਮੈਂਟ ਹੋ ਚੁੱਕਾ ਲੁਧਿਆਣਾ ਵਿੱਚ ਸਰ? ਬਿਲਕੁਲ, ਜਿਹੜਾ ਸਾਡੇ ਕੋਲ ਟੋਟਲ ਹਾਲੇ 30 ਈ ਚਲਾਨ ਮਸ਼ੀਨਸ ਆਈਆਂ ਨੇ ਤੇ ਫਸਟ ਫੇਜ਼ ਦੇ ਵਿੱਚ ਇਹ ਆਈਆਂ ਨੇ, ਹਾਲੇ ਹੋਰ ਵੀ ਆਉਣੀਆਂ ਨੇ। ਫਸਟ ਫੇਜ਼ ਦੇ ਵਿੱਚ ਜਿਹੜਾ 30 ਈ ਚਲਾਨ ਮਸ਼ੀਨਸ ਆ ਉਹ ਅਸੀਂ ਕੱਲ ਜਿਹੜਾ ਹੈਗਾ ਇੰਪਲੀਮੈਂਟ ਕੱਲ ਇੱਥੇ ਸਟਾਰਟ ਕਰ ਦਿੱਤਾ। ਬਿਲਕੁਲ, ਅਸੀਂ ਹਾਲੇ ਫਿਲਹਾਲ ਜਿਹੜਾ ਹੈਗਾ ਈ ਚਲਾਨ ਈ ਸਰਵੇਲੈਂਸ ਆਪਾਂ ਜਿਹਨੂੰ ਕਹਿੰਦੇ ਆ ਇਲੈਕਟ੍ਰੋਨਿਕ ਥਰੂ CCTV ਕੈਮਰਾਸ ਉਹਦੇ ਸਾਡਾ ਜਿਹੜਾ ਹੈਗਾ ਪ੍ਰੋਜੈਕਟ ਹਾਲੇ ਚੱਲ ਰਿਹਾ, ਇਨੀਸ਼ੀਅਲ ਸਟੇਜ ਹੈ, ਪਲੈਨਿੰਗ ਦਾ ਪਾਰਟ ਹੈ। ਤੇ ਜਲਦ ਹੀ ਜਿਹੜਾ ਤੁਸੀਂ ਦੇਖੋਗੇ ਕਿ ਲਾਡੋਵਾਲ ਬਾਈਪਾਸ ਤੇ ਨਾਲ ਜਿਹੜਾ ਫਿਰੋਜ਼ਪੁਰ ਐਲੀਵੇਟਡ ਸਮਰਾਲਾ ਚੌਂਕ ਤੋਂ ਲੈ ਕੇ ਝਾਂਡੇ ਤੱਕ ਬਣੇਗਾ, ਅਸੀਂ ਇਹਦੇ ਉੱਪਰ ਵੀ ਜਿਹੜਾ ਹੈਗਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨਾਲ ਤਾਲਮੇਲ ਕਰ ਰਹੇ ਕਿ ਇਹਦੇ ਉੱਪਰ ਵੀ ਜਿਹੜੇ ਹੈਗੇ ਨੇ ਆਟੋਮੈਟਿਕ ਸਪੀਡ ਡਿਟੈਕਟਿੰਗ ਕੈਮਰਾਜ਼ ਲੱਗਣਗੇ ਤੇ ਆਟੋਮੈਟਿਕਲੀ ਉਹ ਸਾਡੇ ਨਾਲ ਸਰਵਰ ਦੇ ਨਾਲ ਕਨੈਕਟ ਹੋਏਗਾ ਤੇ ਆਟੋਮੈਟਿਕਲੀ ਚਲਾਨ ਜਨਰੇਟ ਹੋਣਗੇ ਤੇ ਫਿਰ ਅਸੀਂ ਉਹਨਾਂ ਨੂੰ ਲੋਕਾਂ ਜਿਹੜਾ ਵਾਇਲੇਟਰ ਹੋਏਗਾ ਉਹਦੇ ਘਰ ਪਹੁੰਚਾਂਗੇ ਤੇ ਇਸ ਤਰੀਕੇ ਨਾਲ ਜਿਹੜਾ ਓਵਰ ਸਪੀਡ ਵਾਲਾ ਹੈਗਾ ਉਹਨੂੰ ਕ੍ਰਾਈਮ ਨੂੰ ਅਸੀਂ ਜਿਹੜਾ ਹੈਗਾ ਉਹਨੂੰ ਚੈੱਕ ਕਰਾਂਗੇ। मैं थोड़ा यही कह रहा कि जोड़ा इमीडिएटली चलान वो थ्रू भरया जाएगा और इमीडिएटली सर्वर से डाटा जोड़ा है वो फीड हो जाएगा, स्टोर हो जाएगा। बिल्कुल बिल्कुल, असी एक बार इनिशियल इन्हों ट्रेनिंग करवा के प्रॉपर उस तो बाद इन्हों मशीनस जड़िया ने हैंड ओवर कीतिया ने, बाकी दोबारा भी असी जी ट्रेनिंग है रेगूलर पीरियड्स से कराते रहेंगे तो होपफुली मतलब सैकेंड फेज़ में जो साढ़े को होर मशीनस आ जाएगी तो होपफुली सारे मुलाजमान दतिया जा सारे मुलाजमान की ट्रेनिंग अगर करवाई जाएगी।